ਸਿਲਕਿਆਣਾ ਪਿੰਡ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਇੱਕ ਆਸ਼ਿਕ ਨੇ ਆਪਣੀ ਹੀ ਪ੍ਰੇਮਿਕਾ ਦੇ ਪਿਤਾ ਦੇ ਨਾਲ ਕੁੱਟਮਾਰ ਕੀਤੀ ਹੈ। ਪੂਰਾ ਮਾਮਲਾ ਕੀ ਹੈ ਸਰ ਜੀ? ਅਸੀਂ ਉਸ ਬੰਦੇ ਨੂੰ ਇਕੱਲਾ ਆਸ਼ਿਕ ਨਹੀਂ ਕਹਿ ਸਕਦੇ, ਸਿਰਫ ਹਰੇ ਆਸ਼ਿਕ ਕਹਾਂਗੇ, ਕਿਉਂਕਿ ਉਸਨੇ ਆਪਣੇ ਪ੍ਰੇਮਿਕਾ ਦੇ ਪਿਤਾ ਦੇ ਨਾਲ ਕੁੱਟਮਾਰ ਨਹੀਂ ਵੱਢ ਟੁੱਕ ਕੀਤੀ ਹੈ, ਇਹ ਅਖਬਾਰਾਂ ਕਹਿੰਦੀਆਂ। ਹੁਣ ਮਾਮਲਾ ਪਿੰਡ ਸੇਲਕਿਆਣਾ ਦਾ ਤੁਸੀਂ ਦੱਸ ਚੁੱਕੇ ਹੋ, ਔਰ ਕੱਲ੍ਹ 1:30 ਵਜੇ ਦੇ ਕਰੀਬ ਚਿੱਟੇ ਦਿਨ ਜਿਹੜਾ ਲੜਕਾ ਜਿਸਦਾ ਨਾਮ ਬੰਟੀ ਹੈ, ਜਿਸਨੂੰ ਸਿਰਫ ਹਰੇ ਆਸ਼ਿਕ ਲੋਕ ਕਹਿ ਰਹੇ ਆ, ਕਿਉਂਕਿ ਫਲੋਰ ਏਰੀਏ ਵਿੱਚ ਇਸ ਮਾਮਲੇ ਨੇ ਬਹੁਤ ਗੱਲ ਫੜੀ ਹੈ, ਹਵਾ ਫੜੀ ਹੈ ਔਰ ਸੁਰਖੀਆਂ ਵਿੱਚ ਇਹ ਮਾਮਲਾ, ਤਾਂ ਲੋਕ ਇਹ ਕਹਿੰਦੇ ਆ ਕਿ ਜਿਹੜਾ ਸਿਰਫ ਹਰੇ ਆਸ਼ਿਕ ਹੈ ਇਹ ਆਪਣੀ ਮਹਬੂਬਾ ਦੇ ਘਰ ਦੇ ਬਾਹਰ ਜਾਂਦਾ 15 ਕੁ ਨੌਜਵਾਨਾਂ ਦੇ ਨਾਲ ਹਥਿਆਰਾਂ ਨਾਲ ਲੈਸ ਹੋ ਕੇ, ਔਰ ਜਾ ਕੇ ਜਦੋਂ ਆਪਣੇ ਸਹੁਰੇ ਦੀ ਗੱਡੀ ਲੈਸ ਹੋ ਕੇ ਜਾਂਦਾ, ਔਰ ਜਾ ਕੇ ਜਦੋਂ ਉਹਦੇ ਘਰ ਦੇ ਬਾਹਰ ਪਹੁੰਚਦਾ ਲੜਕੀ ਦੇ ਘਰ ਦੇ ਬਾਹਰ, ਤਾਂ ਪਹਿਲਾਂ ਗੱਡੀ ਦੀ ਭੰਨ ਤੋੜ ਹੁੰਦੀ ਹੈ। ਜਦੋਂ ਗੱਡੀ ਦੀ ਭੰਨ ਤੋੜ ਹੁੰਦੀ ਹੈ ਤਾਂ ਜਿਹੜੀ ਲੜਕੀ ਹੈ ਉਸਦਾ ਪਿਤਾ ਆਉਂਦਾ, ਜ਼ਾਹਿਰ ਜੀ ਗੱਲ ਹੈ ਉਹਨੇ ਅੱਗੇ ਆਉਣਾ ਕਿ ਗੱਡੀ ਨਾਲ ਭੰਨ ਤੋੜ ਹੋ ਰਹੀ ਹੈ, ਤਾਂ ਉਹ ਜਾ ਕੇ ਜਦ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਨਾਲ ਵੱਢ ਟੁੱਕ ਹੁੰਦੀ ਹੈ, ਮਤਲਬ ਜਿਸ ਲੜਕੀ ਨੂੰ ਇਹ ਨੌਜਵਾਨ ਪਿਆਰ ਕਰਦਾ ਬੰਟੀ, ਉਸਦੇ ਪਿਤਾ ਦੇ ਨਾਲ ਵੱਢ ਟੁੱਕ ਕੀਤੀ ਜਾਂਦੀ ਹੈ, ਔਰ ਜੋ ਕਿ ਲੜਕੀ ਦਾ ਪਿਤਾ ਹੁਣ ਗੰਭੀਰ ਰੂਪ ਵਿੱਚ ਜ਼ਖਮੀ ਹੈ, DMC ਹੋਸਪਿਟਲ ਵਿਖੇ ਜ਼ੇਰੇ ਇਲਾਜ ਹੈ। ਪਰ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਲੜਕਾ ਬੰਟੀ ਹੈ ਅਤੇ ਜਿਹੜੀ ਲੜਕੀ ਹੈ ਜਿਹੜੀ ਉਹਦੀ ਪ੍ਰੇਮਿਕਾ ਹੈ, ਇਹ ਪਹਿਲਾਂ ਘਰੋਂ ਭੱਜ ਗਏ ਸੀ, ਜਿਨ੍ਹਾਂ ਨੂੰ ਮਨਾ ਕੇ ਲੜਕੀ ਨੂੰ ਉਹਦੇ ਮਾਤਾ ਪਿਤਾ ਘਰ ਵਾਪਸ ਲੈ ਕੇ। ਦੇਖੋ ਇੱਥੇ ਗੱਲ ਸਮਝਣ ਵਾਲੀ ਹੈ, ਜਦੋਂ ਅਸੀਂ ਛੋਟੇ ਸੀਗੇ ਸਾਡੇ ਦਾਦਾ ਦਾਦੀ ਮਾਤਾ ਪਿਤਾ ਸਮਝਾਉਂਦੇ ਸੀਗੇ ਕਿ ਪਿੰਡ ਦੀ ਕੁੜੀ ਭੈਣ ਹੁੰਦੀ ਹੈ, ਪਿੰਡ ਦੀ ਧੀ ਦੀ ਇੱਜ਼ਤ ਬਹੁਤ ਜ਼ਰੂਰੀ ਹੈ, ਪਰ ਇੱਥੇ ਹਾਲਾਤ ਕਿਹੋ ਜਿਹੇ, ਪਹਿਲਾਂ ਇਹ ਲੜਕਾ ਲੜਕੀ ਨੂੰ ਭਜਾ ਕੇ ਲੈ ਜਾਂਦਾ, ਹੋ ਸਕਦਾ ਲੜਕੀ ਦੀ ਸਹਿਮਤੀ ਵੀ ਹੋਵੇ, ਅਸੀਂ ਉਸ ਗੱਲ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ, ਲੜਕੀ ਨੂੰ ਉਹਦੇ ਮਾਤਾ ਪਿਤਾ ਮਨਾ ਕੇ ਵਾਪਸ ਲਿਆਉਂਦੇ ਆ, ਮਾਤਾ ਪਿਤਾ ਦੀ ਵੀ ਸ਼ਲਾਘਾ। ਇਹ ਤਾਂ ਕਈ ਵੇਲੇ ਕੀ ਹੁੰਦਾ ਕਿ ਮਾਤਾ ਪਿਤਾ ਰਿਸ਼ਤਾ ਤੋੜ ਦਿੰਦੇ ਆ ਜਾਂ ਦੂਜੇ ਐਂਗਲ ਤੋਂ ਸੋਚਣ ਲੱਗ ਪੈਂਦੇ ਕਿ ਬਦਲਾ ਲੈਣਾ, ਪਰ ਇੱਥੇ ਮਾਤਾ ਪਿਤਾ ਲੜਕੀ ਨੂੰ ਮਨਾ ਕੇ ਘਰ ਲੈ ਕੇ ਆਏ ਆ। ਉਸ ਤੋਂ ਬਾਅਦ ਜਿਹੜਾ ਲੜਕਾ ਬੰਟੀ ਆ, ਇਹਦਾ ਗੁੱਸਾ ਜਿਹੜਾ ਸਿਖਰਾਂ 'ਤੇ ਚੜ੍ਹ ਜਾਂਦਾ, 15 ਨੌਜਵਾਨਾਂ ਦੇ ਨਾਲ ਲੜਕੀ ਦੇ ਘਰ ਦੇ ਬਾਹਰ ਜਾ ਕੇ ਧਾਬਾ ਬੋਲ ਦਿੰਦਾ, ਜਿਸ ਲੜਕੀ ਨੂੰ ਉਹ ਕਹਿੰਦੇ ਪਿਆਰ ਕਰਦਾ ਉਸਦੇ ਪਿਤਾ ਨਾਲ ਹੀ ਵੱਢ ਟੁੱਕ ਹੁੰਦੀ ਹੈ, ਔਰ ਲੜਕੀ ਦੂਜੀ ਮੰਜ਼ਿਲ 'ਤੇ ਖੜ੍ਹੀ ਹੁੰਦੀ ਹੈ, ਘਰ ਦੀ ਦੂਜੀ ਮੰਜ਼ਿਲ 'ਤੇ ਖੜ੍ਹੀ ਹੁੰਦੀ ਹੈ, ਔਰ ਜਦ ਦੇਖਦੀ ਹੈ ਕਿ ਉਹਦੇ ਪਿਤਾ ਨਾਲ ਵੱਢ ਟੁੱਕ ਹੋ ਰਹੀ ਹੈ, ਉਹ ਘਬਰਾ ਜਾਂਦੀ, ਦੂਜੀ ਮੰਜ਼ਿਲ ਤੋਂ ਹੀ ਛਾਲ ਮਾਰ ਦਿੰਦੀ ਥੱਲੇ, ਲੜਕੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੈ, ਜਿਸ ਨੂੰ ਗੱਡੀ ਵਿੱਚ ਪਾ ਕੇ ਇਹ ਜਿਹੜਾ ਲੜਕਾ ਬੰਟੀ ਆਪਣੇ ਨਾਲ ਲੈ ਗਿਆ। ਪਰ ਇੱਥੇ ਅਸੀਂ ਇਹ ਸਵਾਲ ਜ਼ਰੂਰ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਲੜਕਾ ਆ ਜਿਸ ਲੜਕੀ ਨੂੰ ਪਿਆਰ ਕਰਦਾ, ਜੇਕਰ ਉਹਦੇ ਪਿਤਾ ਨਾਲ ਵੱਢ ਟੁੱਕ ਕਰਦਾ, ਉਹਨੂੰ ਜ਼ਖਮੀ ਹਾਲਤ 'ਚ ਨਾਲ ਚੱਕ ਕੇ ਲੈਂਦਾ, ਉਹਦੇ ਦਿਲ ਵਿੱਚ ਜਗ੍ਹਾ ਕਿਵੇਂ ਬਣਾਵੇ? ਲੜਕੀਆਂ ਤਾਂ ਆਪਣੇ ਪਿਤਾ ਦੇ ਖਿਲਾਫ ਇੱਕ ਸ਼ਬਦ ਨਹੀਂ ਸੁਣਦੀਆਂ, ਅਤੇ ਜਿਸ ਲੜਕੇ ਨੇ ਐਡਾ ਵੱਡਾ ਦਰਦ ਦੇ ਦਿੱਤਾ ਕਿ ਉਸ ਲੜਕੀ ਦੇ ਪਿਤਾ ਦੇ ਨਾਲ ਵੱਢ ਟੁੱਕ ਕੀਤੀ ਹੈ, ਜੋ ਹੁਣ DMC ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ, ਤਾਂ ਉਹ ਲੜਕੀ ਦੇ ਦਿਲ ਵਿੱਚ ਦੁਬਾਰਤੀ ਜਗ੍ਹਾ ਕਿਵੇਂ ਬਣਾਵੇਗਾ? ਇਹ ਬਹੁਤ ਵੱਡਾ ਸਵਾਲ ਹੈ। ਔਰ ਜਿਹਨੂੰ ਤੁਸੀਂ ਪਿਆਰ ਕਰਦੇ ਹੁੰਦੇ ਹੋ ਨਾ, ਉਹਨੂੰ ਇਉਂ ਸਜ਼ਾ ਨਹੀਂ ਦੇਣੀ ਚਾਹੀਦੀ, ਉਹਦੇ ਪਰਿਵਾਰ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ। ਜਦ ਤੁਸੀਂ ਕਿਸੇ ਨੂੰ ਤਕਲੀਫ ਦਿਓਗੇ, ਉਹਦੇ ਦਿਲ 'ਚੋਂ ਤੁਹਾਡੀ ਜਗ੍ਹਾ ਘਟੂਗੀ, ਵਧੂਗੀ ਨਹੀਂ। ਹੁਣ ਮੈਂ ਇਸ ਮਾਮਲੇ 'ਚ ਹੈਰਾਨ ਹਾਂ ਕਿ ਕਾਹਦਾ ਪ੍ਰੇਮ ਹੈ, ਕਿੱਦਾਂ ਦਾ ਪਿਆਰ ਹੈ, ਕਿਉਂ ਅਜਿਹਾ ਪਿਆਰ ਆ ਜਿਹਦੇ ਵਿੱਚ ਲੜਕੀ ਦੂਜੀ ਮੰਜ਼ਿਲ ਤੋਂ ਥੱਲੇ ਡਿੱਗਦੀ ਹੈ, ਉਹਨੂੰ ਨਾਲ ਚੱਕ ਕੇ ਲੈ ਜਾਂਦੇ ਆ, ਅਤੇ ਲੜਕੀ ਦਾ ਜੋ ਪਿਤਾ, ਕਿਉਂਕਿ ਦੇਖੋ ਹਰ ਇੱਕ ਪਿਤਾ ਨੇ ਆਪਣੀ ਧੀ ਨੂੰ ਬੜੇ ਚਾਵਾਂ ਨਾਲ ਪਾਲਿਆ ਹੁੰਦਾ, ਹਰ ਇੱਕ ਧੀ ਆਪਣੇ ਪਿਤਾ ਦੀ ਪਰੀ ਹੁੰਦੀ ਹੈ, ਇੱਕ ਪਿਓ ਕਿਵੇਂ ਦੇਖ ਸਕਦਾ ਕਿ ਪਿੰਡ ਦੀ ਕੁੜੀ ਕਿਸੇ ਨਾਲ ਚਲੀ ਜਾਵੇ, ਜੇ ਉਹ ਪਿਆਰ ਨਾਲ ਵਾਪਸ ਲੈ ਕੇ ਆਇਆ, ਉਹਦੇ ਨਾਲ ਵੱਢ ਟੁੱਕ ਹੋਈ ਹੈ, ਤਾਂ ਉਹਦੀ ਧੀ ਨੂੰ ਚੈਨ ਤਾਂ ਨਹੀਂ ਮਿਲ ਰਿਹਾ ਹੋਣਾ, ਜੇ ਉਹਦੇ ਨਾਲ ਹੋਊਗੀ ਕਿ ਉਹਦਾ ਮਨ ਦੇ ਜਜ਼ਬਾਤ ਨਹੀਂ ਹੋਊਗੇ ਕਿ ਮੇਰਾ ਪਿਓ ਇਸ ਕੰਡੀਸ਼ਨ 'ਚ ਹੈ ਕਿ ਨਹੀਂ, ਤਕਲੀਫਾਂ ਵਿੱਚ ਹੈ, ਠੀਕ ਵੀ ਹੈ ਕਿ ਨਹੀਂ, ਜਿਹਨੇ ਵੱਢ ਟੁੱਕ ਹੁੰਦੀ ਦੇਖੀ ਆ, ਤਾਂ ਬਹੁਤ ਸਾਰੇ ਸਵਾਲ ਨੇ ਅਜਿਹੇ ਹੀ ਆਸ਼ਕੀ ਤੋਂ ਤਾਂ ਕੀ ਖੱਟਿਆ, ਮੈਂ ਤਾਂ ਇਹ ਗੱਲ ਕਹੂੰਗਾ, ਅਜਿਹੇ ਪਿਆਰ ਵਿੱਚੋਂ ਕੀ ਲੱਭਣਾ ਜਿਹਦੇ ਵਿੱਚ ਲੜਾਈਆਂ ਝਗੜੇ ਸਟਾਰਟਿੰਗ 'ਚ ਹੀ ਹੈ। ਔਰ ਰਿਸਪੈਕਟ ਕਰਨੀ ਚਾਹੀਦੀ ਹੈ, ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਕੋਈ ਲੜਕੀ ਕਿਸੇ ਲੜਕੇ ਨੂੰ ਪਿਆਰ ਕਰਦੀ ਹੈ ਜਾਂ ਲੜਕਾ ਲੜਕੀ ਨੂੰ ਪਿਆਰ ਕਰਦਾ, ਉਹਨਾਂ ਦੇ ਮਾਤਾ ਪਿਤਾ ਦੀ ਰਿਸਪੈਕਟ ਹੋਣੀ ਚਾਹੀਦੀ ਆ। ਵੱਢ ਟੁੱਕ ਦੇ ਮਾਮਲੇ 'ਚ ਮੈਨੂੰ ਲੱਗਦਾ ਫਿਰ ਰਿਸ਼ਤਿਆਂ 'ਚ ਕੜਵਾਹਟ ਆ ਜਾਂਦੀ ਆ, ਔਰ ਰਿਸ਼ਤੇ ਫਿਰ
ਬਿਲਕੁਲ ਸਥਿਰ ਨਹੀਂ ਰਹਿੰਦੀ, ਰਿਸ਼ਤੇ ਵੀ ਵਿਗੜ ਜਾਂਦੇ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ? ਦੇਖੋ ਜੋ ਚੌਂਕੀ ਇੰਚਾਰਜ ਲਸੜ ਦੇ ਚੌਂਕੀ ਇੰਚਾਰਜ ਸੁਖਦੇਵ ਹੁਣਾਂ ਦਾ ਬਿਆਨ ਹੈ ਜੀ, ਉਹਦੇ ਆਧਾਰ 'ਤੇ ਗੱਲ ਕਰੀਏ, ਉਹਨੂੰ ਤਾਂ ਇਹ ਕਹਿਣਾ ਹੈ ਕਿ ਬੰਟੀ ਅਤੇ ਜਿਹੜੇ ਉਹਦੇ ਸਾਥੀ ਆ ਉਹਨਾਂ ਦੀ ਪੁਲਿਸ ਭਾਲ ਕਰ ਰਹੀ ਹੈ, ਔਰ ਜੋ ਲੜਕੀ ਦੇ ਪਿਤਾ ਆ ਉਹ ਇਸ ਸਮੇਂ DMC ਵਿਖੇ ਜੇਰੇ ਇਲਾਜ ਆ। ਤਾਂ ਸਵਾਲ ਇਹੀ ਹੈ ਕਿ ਜਿਹੜੇ ਨਾਲ ਦੇ 15 ਦੋਸਤ ਹੈ ਕਿ ਉਹਦੇ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਸਮਝਾਇਆ ਕਿ ਯਾਰ ਬੰਟੀ ਤੂੰ ਗੱਲ ਗਲਤ ਕਰ ਰਹੇ ਹੋ, ਕਿ ਸਾਰੇ ਇੰਨੇ ਹੋਛੇ ਆ ਕਿ ਲੜਕੀ ਦੇ ਘਰ ਦੇ ਬਾਹਰ ਜਾ ਕੇ ਧਾਬਾ ਬੋਲ ਦਿੱਤਾ, ਕਿ ਬਿਨਾਂ ਸੋਚੇ ਸਮਝੇ ਕੁਰਬਾਨਾ ਚੱਕ ਲੈਂਦੇ, ਡਾਂਗਾ ਸੁੱਟ ਚੱਕ ਲੈਂਦੇ ਆ, ਕਿ ਕਿਸੇ ਇੱਕ ਦੋਸਤ ਨੇ ਵੀ ਨਹੀਂ ਸਮਝਾਇਆ ਕਿ ਤੂੰ ਗਲਤ ਕਰ ਰਿਹਾ। ਇੱਦਾਂ ਨਹੀਂ ਕਰਨਾ ਚਾਹੀਦਾ, ਇੱਦਾਂ ਕਰਨ ਨਾਲ ਆਪਾਂ ਕੇਸ 'ਚ ਵੀ ਫਸਾਂਗੇ ਔਰ ਤੂੰ ਲੜਕੀ ਦੇ ਦਿਲ 'ਚੋਂ ਵੀ ਬਾਹਰ ਹੋ ਸਕਦਾ। ਤਾਂ ਮਤਲਬ ਕੇਸ 'ਚ ਅੰਦਰ ਲੜਕੀ ਦੇ ਦਿਲ 'ਚੋਂ ਬਾਹਰ ਕੋਈ ਕੋਈ ਤਾਂ ਚਾਹੀਦਾ ਦੋਸਤ ਚਾਹੀਦਾ ਜਿਹੜਾ ਸਮਝਾਵੇ ਕਿ ਆਪਾਂ ਗਲਤ ਕਰੇ, ਗਲਤ ਨਹੀਂ ਕਰਨਾ ਚਾਹੀਦਾ। ਤਾਂ ਦੋਸਤ ਵੀ ਮੈਟਰ ਕਰਦੇ, ਤੁਸੀਂ ਕਹਿੰਦੇ ਲੋਕਾਂ ਨਾਲ ਬਹਿੰਦੇ ਆ ਕਿ ਤੁਹਾਨੂੰ ਮਾੜੇ ਕੰਮਾਂ ਲਈ ਉਤਸ਼ਾਹਿਤ ਕਰਦੇ ਆ ਕਿ ਤੁਹਾਨੂੰ ਮਾੜੇ ਕੰਮਾਂ ਤੋਂ ਰੋਕਦੇ ਆ।